गुरु प्यारे, धन गुरु प्यारे, धन गुरु प्यारे, धन गुरु प्यारे, धन गुरु, धन गुरु प्यारे, धन गुरु, धन गुरु प्यारे, 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 धन गुरु, धन गुरु प्यारे, धन गुरु, धन गुरु, धन गुरु प्यारे, धन गुरु, रात अनेरी चमक दे, लख करोड़ी अंबर तारे, चढ़िए चंद मलीन होए, कोलुके को भुके बबारे, तन धन गुरु प्यारे, धन गुरु प्यारे, धन गुरु प्यारे, धन गुरु प्यारे, धन गुरु, धन गुरु प्यारे, धन गुरु, धन गुरु प्यारे, धन गुरु, धन गुरु, धन गुरु प्यारे, धन गुरु, धन गुरु प्यारे, धन गुरु प्यारे, धन गुरु प्यारे, धन गुरु प्यारे, धन गुरु, धन गुरु, धन गुरु प्यारे, धन गुरु, सूरज जोत उदोत कर, तारे चंद नारायण अंदारे, देवी देव ना सेवका,
तंत ना मंत ना पूरण विचारे। तन गुरु प्यारे, तन गुरु प्यारे, तन गुरु प्यारे, तन गुरु प्यारे, तन गुरु, तन गुरु, तन गुरु प्यारे, तन गुरु, तन गुरु, तन गुरु प्यारे, तन गुरु, तन गुरु, तन गुरु प्यारे, तन गुरु, तन गुरु प्यारे, 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 तन गुरु, तन गुरु प्यारे, तन गुरु, तन गुरु, तन गुरु प्यारे, तन गुरु, तन गुरु प्यारे, दीर्घते बा अष्ट तात पूरे सतगुर शब्द सवारे, गुरमुख पंथ सुहावड़ा, तन गुरु, तन गुरु प्यारे, सा संगत प्रगट संसारे, साध संगत प्रगट संसारे, तन गुरु प्यारे, तन गुरु, तन गुरु प्यारे, तन गुरु, तन गुरु, तन गुरु प्यारे, तन गुरु, तन गुरु, तन गुरु प्यारे, तन जियो तै को जग में मुख ते हर चित में युद्ध विचारे, दे अनित नानित रहे जस नाव चढ़े पव सागर तारे, तन गुरु प्यारे, तन गुरु प्यारे, सत्संग जी सतगुरु जी की कृपा दे नाल, सतगुरु जी की बख्शिश दे नाल, अज दे दीवान दे विच ए शब्द जो पढ़ रहे हो सुन रहे हो, धन गुरु ते धन गुरु प्यारे, ओ गुरु दे प्यारे जिन्ह ने सतगुरु जी दे प्रेम दे विच आण के साध संग जीओ, सतगुरु जी दे प्रेम दे विच आण के अपने सीस दियां कुर्बानियां दित्तियां, अदुत्तियां शहीदियां प्राप्त कीतियां, उन्हां गुरु प्यारियां दे इतिहास नूं अज दे दीवान दे विच सांझा करांगे तुहाडे नाल, क्योंकि जिवें सारी संगत जानदी है खालसे दा 300 साला साजना दिवस जो
1999 ਦੀ ਵਿਸਾਖੀ ਨੂੰ ਮਨਾਇਆ ਜਾ ਰਿਹਾ ਹੈ ਔਰ ਇਸ ਸਾਜਨਾ ਦਿਵਸ ਨੂੰ ਸਮਰਪਿਤ ਹੀ ਅੱਜ ਦਾ ਇਹ ਦੀਵਾਨ ਜਿਹਦੇ ਵਿੱਚ ਦੋ ਸ਼ਹੀਦੀਆਂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਜਿਵੇਂ ਜਿਵੇਂ ਸਤਿਗੁਰੂ ਜੀ ਕਰਾਉਣਗੇ ਉਸ ਤਰ੍ਹਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਉਂਕਿ ਇਤਿਹਾਸ ਕਿਸੇ ਕਵੀ ਨੇ ਆਖਿਆ ਜਿਸ ਮਕਾਨ ਦੀ ਨੀਂਹ ਹਿੱਲ ਜਾਏ ਉਹ ਘੜੀ ਵੀ ਨਹੀਂ ਉਹ ਪਲ ਵੀ ਨਹੀਂ ਜਿਸ ਬਾਗ ਦਾ ਮਾਲੀ ਹੈ ਨਹੀਂ ਉਹਦਾ ਫੁੱਲ ਵੀ ਨਹੀਂ ਅਤੇ ਉਹਦਾ ਫਲ ਵੀ ਨਹੀਂ ਅਤੇ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਣ ਉਹ ਅੱਜ ਵੀ ਨਹੀਂ ਅਤੇ ਉਹ ਕੱਲ੍ਹ ਵੀ ਨਹੀਂ ਔਰ ਸਿੱਖ ਕੌਮ ਦੇ ਕੋਲ ਤਾਂ ਉਹ ਬੇਮੁੱਲਾ ਇਤਿਹਾਸ ਏ ਜੋ ਸਾਡੇ ਸੱਚੇ ਪਾਤਸ਼ਾਹ ਜੀ ਸਤਿਗੁਰੂ ਬਹੁਤ ਵੱਡਮੁੱਲਾ ਇਤਿਹਾਸ ਔਰ ਜੋ ਸਾਨੂੰ ਸਾਡੇ ਸੱਚੇ ਪਾਤਸ਼ਾਹ ਜੀ ਬਖਸ਼ ਗਏ ਨੇ ਔਰ ਉਹਨਾਂ ਤੋਂ ਉਪਰੰਤ ਉਹਨਾਂ ਦੇ ਗੁਰੂ ਪਿਆਰੇ ਸਾਧ ਸੰਗਤ ਇੱਕ ਇੱਕ ਪੰਨੇ 'ਤੇ ਸਿੱਖਾਂ ਦੇ ਇਤਿਹਾਸ ਦੀਆਂ ਅਦੁੱਤੀਆਂ ਕੁਰਬਾਨੀਆਂ ਅਦੁੱਤੀਆਂ ਸ਼ਹੀਦੀਆਂ ਨੇ ਜਿਹਦੇ ਵਿੱਚੋਂ ਅੱਜ ਜ਼ਿਕਰ ਕਰਾਂਗੇ ਸਾਂਝਾ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਸ਼ਹੀਦ ਆਖੋ ਸਤਨਾਮ ਸਾਧ ਸੰਗਤ ਜੀ ਮੀਰ ਮੰਨੂ ਦੇ ਵੇਲੇ ਜੋ ਉਸ ਵੇਲੇ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ ਇੱਥੋਂ ਤੱਕ ਸਿੱਖਾਂ ਨੂੰ ਮਾਰਨ ਵਾਸਤੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਸਨ ਸਿਰਾਂ ਦੇ ਮੁੱਲ ਕਿ ਜਿਹੜਾ ਸਿੱਖ ਦਾ ਸਿਰ ਕਤਲ ਕਰਕੇ ਲਿਆਏਗਾ ਉਹਨੂੰ ਪੈਸੇ ਦਿੱਤੇ ਜਾਣਗੇ ਇੱਥੋਂ ਤੱਕ ਇਤਿਹਾਸਕਾਰ ਤਾਂ ਕਹਿੰਦੇ ਨੇ ਕਿ ਉਸ ਵੇਲੇ ਜੇ ਸਭ ਤੋਂ ਕੋਈ ਮਹਿੰਗੀ ਚੀਜ਼ ਸੀ ਤਾਂ ਸਿੱਖਾਂ ਦੇ ਸਿਰਾਂ ਦੇ ਮੁੱਲ ਸਨ ਪੰਥ ਪ੍ਰਕਾਸ਼ ਦੇ ਵਿੱਚ ਪੰਕਤੀਆਂ ਮਿਲਦੀਆਂ ਕਿ ਕੀ ਉਸ ਵੇਲੇ ਕਹਾਵਤ ਸੀ ਦੱਸਣ ਵਾਲੇ 10 ਰੁਪਈਏ ਮਾਰਨ ਵਾਲੇ 50 ਜਿਹੜਾ ਸਿੱਖਾਂ ਦੀ ਸੂਹ ਦਿੰਦਾ ਸੀ ਨਾ ਕਹਿੰਦੇ ਦੱਸਣ ਵਾਲੇ ਨੂੰ 10 ਰੁਪਈਏ ਅਤੇ ਜਿਹੜਾ ਸਿੱਖਾਂ ਨੂੰ ਮਾਰ ਕੇ ਲਿਆਉਂਦਾ ਸੀ ਉਹਨੂੰ 50 ਰੁਪਈਏ ਉਸ ਵੇਲੇ ਦੇ ਕਹਿੰਦੇ ਯੇ ਲਾਲਚ ਤੁਰਕਣ ਦਿਓ ਤਬ ਬਹੁਤ ਸਿੰਘਣ ਭਇਓ ਨਾਸ਼ ਇਹ ਲਾਲਚ ਤੁਰਕਾਂ ਨੇ ਦਿੱਤਾ ਹੋਇਆ ਸੀ ਜਿਹਦੇ ਕਰਕੇ ਕਹਿੰਦੇ ਸਿੰਘਾਂ ਦਾ ਬਹੁਤ ਵੱਡਾ ਘਾਣ ਹੋਇਆ ਸੀ ਹਰ ਕੋਈ ਲਾਲਚ ਦੇ ਪਿੱਛੇ ਦੱਸਣ ਵਾਲੇ ਨੂੰ 10 ਰੁਪਈਏ ਮਾਰਨ ਵਾਲੇ ਨੂੰ 50 ਰੁਪਏ ਮਿਲਣੇ ਸਨ ਔਰ ਉਸ ਵੇਲੇ 10-50 ਦੀ ਬਹੁਤ ਮੁੱਲ ਹੁੰਦਾ ਸੀ ਹਰ ਕੋਈ ਸੂਹ ਦੇਣ ਵਾਲਾ ਵੀ ਸੀ ਕੋਈ ਫੜ ਕੇ ਵੀ ਲਿਆਉਂਦੇ ਸਨ ਕਹਿੰਦੇ ਖੇਤੀ ਵਣਜ ਕਰੇ ਜੇ ਕੋਈ ਕੇਸਣ ਵਾਲਾ ਛੱਡੋ ਨਾ ਕੋਈ ਜਿੱਦਾਂ ਖੇਤੀ ਕਰਦੇ ਹੋ ਇਸੇ ਤਰ੍ਹਾਂ ਕਵਾਲਾਂ ਵਾਲਿਆਂ ਨੂੰ ਛੱਡਣਾ ਹੀ ਨਹੀਂ ਹੈਗਾ ਆਖੋ ਸਤਨਾਮ ਔਰ ਉਸ ਵੇਲੇ ਦੀ ਸਰਕਾਰ ਨੇ ਇੱਥੋਂ ਤੱਕ ਹਦਾਇਤ ਕੀਤੀ ਸੀ ਕਿ ਸਿੰਘਣ ਖੂਨ ਮਾਫ ਹਮ ਕੀਨੇ ਜਿੱਤ ਲੱਭੋ ਤਿੱਤ ਮਾਰੋ ਚੀਨੇ ਕਿ ਸਿੰਘਾਂ ਦਾ ਖੂਨ ਹੀ ਉਸ ਵੇਲੇ ਦੀ ਸਰਕਾਰ ਨੇ ਮਾਫ ਕੀਤਾ ਸੀ ਆਖੋ ਸਤਨਾਮ ਸਿੰਘਣ ਖੂਨ ਮਾਫ ਹਮ ਕੀਨੇ ਜਿੱਤ ਲੱਭੋ ਤਿੱਤ ਮਾਰੋ ਚੀਨੇ ਜਿੱਥੇ ਲੱਭਦੇ ਨੇ ਮਾਰ ਕੇ ਲੈ ਆਓ ਕਹਿੰਦੇ ਉਸ ਵੇਲੇ ਲਾਹੌਰ ਦਾ ਨਵਾਬ ਜ਼ਕਰੀਆ ਖਾਨ ਜਿਹਨੇ ਬਹੁਤ ਸਿੰਘਾਂ ਦਾ ਘਾਣ ਕੀਤਾ ਸਿੱਖ ਟਾਵੇਂ ਟਾਵੇਂ ਲੱਭਦੇ ਸਨ ਇੱਥੋਂ ਤੱਕ ਕਿ ਤਰਨ ਤਾਰਨ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਇਹਨਾਂ ਦੋਨਾਂ ਗੁਰਦੁਆਰਿਆਂ ਦੇ ਦਰਸ਼ਨ ਨੂੰ ਬੈਨ ਲਾ ਦਿੱਤਾ ਸੀ ਕਿ ਜਿਹੜੇ ਸਿੰਘ ਇੱਧਰ ਦਰਸ਼ਨ ਕਰਨ ਆਉਣਗੇ ਇਹਨਾਂ ਨੂੰ ਫੜ ਕੇ ਲੈ ਜਾਣਾ ਹੈ ਆਖੋ ਸਤਨਾਮ ਔਰ ਇਸ ਵੇਲੇ ਇਹੋ ਜਿਹੇ ਖਤਰਨਾਕ ਸਮੇਂ ਸਾਧ ਸੰਗਤ ਸਿੰਘ ਵੇਲੇ ਕੁਵੇਲੇ ਜਾਂਦੇ ਸਨ ਦਰਸ਼ਨ ਕਰਨ ਵਾਸਤੇ ਕਿਉਂਕਿ ਜੇ ਸਾਰਿਆਂ ਦੇ ਸਾਹਮਣੇ ਲੰਘਣ 'ਤੇ ਕੋਈ ਸੂਹ ਦੇ ਦਿੰਦਾ ਸੀ ਵੇਲੇ ਕੁਵੇਲੇ ਰਾਤ ਬਰਾਦੇ ਝਾੜੀਆਂ ਦੇ ਓਹਲੇ ਹੋ ਕੇ ਦਰਸ਼ਨ ਕਰਨ ਤਦ ਵੀ ਸਿੱਖਾਂ ਨੇ ਜਾਣਾ ਜਿਨ੍ਹਾਂ ਦੇ ਹਿਰਦੇ ਵਿੱਚ ਕਲਗੀਆਂ ਵਾਲਾ ਵਸਿਆ ਹੋਇਆ ਸੀ ਔਰ ਉਸ ਵੇਲੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਸਾਧ ਸੰਗਤ ਜੀ ਧੰਨ ਬਾਬਾ ਬੋਤਾ ਸਿੰਘ ਜੀ ਅਤੇ ਧੰਨ ਬਾਬਾ ਗਰਜਾ ਸਿੰਘ ਜੀ ਜਿਹੜੇ ਕਿਉਂਕਿ ਸਮੇਂ ਦੀ ਨਿਯਾਕਤ ਨਾਲ ਚੱਲਣਾ ਪੈਂਦਾ ਇਹੋ ਜਿਹਾ ਤੁਰਕਾਂ ਨੇ ਲਾਲਚ ਦਿੱਤਾ ਹੋਵੇ
ਤੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਜੰਗ ਦੇ ਵਿੱਚ ਜੁਗਤੀਆਂ ਨਾਲ ਵੀ ਕੰਮ ਲੈਣਾ ਪੈਂਦਾ। ਕਹਿੰਦੇ ਅੰਮ੍ਰਿਤ ਵੇਲੇ ਝਾੜੀਆਂ ਦੇ ਓਹਲਿਓਂ ਦੀ ਹੋ ਕੇ ਲੰਘਣਾ ਅਤੇ ਦਰਸ਼ਨ ਕਰਕੇ ਆਉਣੇ। ਕਹਿੰਦੇ ਜਦੋਂ ਦਰਸ਼ਨ ਕਰਕੇ ਆਉਂਦੇ ਪਏ ਸਨ ਤਾਂ ਪਿੰਡ ਦੇ ਚੌਧਰੀਆਂ ਨੇ ਇਹਨਾਂ ਦੋਨਾਂ ਸਿੰਘਾਂ ਨੂੰ ਵੇਖ ਲਿੱਤਾ। ਜਦੋਂ ਚੌਧਰੀਆਂ ਨੇ ਵੇਖਿਆ ਗੱਲਬਾਤ ਕਰਦੇ ਆ ਤਾਂ ਇੱਕ ਚੌਧਰੀ ਦੂਜੇ ਨੂੰ ਕਹਿੰਦਾ, ਕਹਿੰਦਾ ਇਹ ਕੌਣ ਏ ਜ਼ਕਰੀਆ ਖਾਨ? ਤੇ ਕਹਿੰਦਾ ਸਿੰਘ ਸਾਰੇ ਹੀ ਮਾਰ ਦਿੱਤੇ, ਸਿੰਘ ਹੀ ਤੇ ਜਾਂਦੇ ਪਏ ਨੇ। ਤੇ ਚੌਧਰੀ ਜਿਹੜਾ ਦੂਸਰਾ ਸੀ ਨਾ ਉਹ ਕਹਿਣ ਲੱਗਾ, ਨਹੀਂ ਸਿੰਘ ਤੇ ਸਾਰੇ ਜ਼ਕਰੀਆ ਖਾਨ ਨੇ ਮੁਕਾ ਦਿੱਤੇ, ਇਹ ਸਿੰਘ ਥੋੜੀ ਨੇ, ਇਹ ਸਿੰਘਾਂ ਦੇ ਰੂਪ ਦੇ ਵਿੱਚ ਬਹਿਰੂਪੀਏ ਨੇ, ਜੇ ਸਿੰਘ ਹੁੰਦੇ ਤੇ ਸਾਹਮਣੇ ਆ ਕੇ ਲੜਦੇ ਨਾ। ਆਖੋ ਸਤਨਾਮ, ਸਿੰਘ ਲੁੱਕ ਕੇ ਨਹੀਂ ਜਾਂਦੇ, ਇਹ ਸ਼ੇਰ ਦੀ ਖੱਲ ਵਿੱਚ ਕੋਈ ਹੋਰ ਨੇ। ਸਾਧ ਸੰਗਤ, ਇਹ ਬੋਲੀ ਇਹ ਤਾਨਾ ਬਾਬਾ ਬੋਤਾ ਸਿੰਘ ਜੀ ਦੇ ਕੰਨਾਂ ਦੇ ਵਿੱਚ ਪਿਆ ਕਿ ਸਿੰਘ ਹੋਣ ਤੇ ਸਾਹਮਣੇ ਆਵਣ, ਸਿੰਘ ਸਾਰੇ ਹੀ ਮੁੱਕ ਗਏ ਨੇ। ਔਰ ਇੱਕ ਗੱਲ ਯਾਦ ਰੱਖਿਓ, ਕਹਿੰਦੇ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਯਾਦ ਰੱਖਣ ਉਹ ਕਿੱਥੇ ਜਾਂਦੀਆਂ? ਇਸ ਪੰਥ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਆਪ ਸ਼ਾਮਲ, ਖਾਲਸਾ ਪੰਥ ਨੂੰ ਸਜਾਉਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਬਚਨ ਉਚਾਰਨ ਕੀਤੇ ਸਨ, ਚਿੜੀਆਂ ਤੋਂ ਮੈਂ ਬਾਜ ਤੁੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ, ਸਵਾ ਲੱਖ ਸੇ ਏਕ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਅਬਦਾਲੀ ਨੇ ਆਲਾ ਸਿੰਘ ਨੂੰ ਪੁੱਛਿਆ ਸੀ ਨਾ ਕਿ ਸਿੰਘ ਮੁੱਕਦੇ ਕਿਉਂ ਨਹੀਂ, ਅਤੇ ਆਲਾ ਸਿੰਘ ਕਹਿਣ ਲੱਗੇ ਸੀ, ਬਾਬਾ ਆਲਾ ਸਿੰਘ ਜੀ ਕਹਿਣ ਲੱਗੇ ਜੀ, ਸਿੰਘ ਇਸ ਕਰਕੇ ਨਹੀਂ ਮੁੱਕਦੇ, ਮਾਰ ਮਾਰ ਕੇ ਤੁਸੀਂ ਮੁਕਾਉਂਦੇ ਰਹਿੰਦੇ ਹੋ, ਮੁੱਕਦੇ ਨਹੀਂ, ਕਿਉਂਕਿ ਪੂਰਨ ਪੁਰਖ ਬਚਨ ਕੀਤਾ ਸੀ ਆਪ ਦਸਵੇਂ ਪਾਤਸ਼ਾਹ, ਪੰਥ ਹੈ ਗੁਰੂ ਕਾ ਆਪ ਰਹਾਂਗਾ ਪੰਥ ਵਿੱਚ ਸਪਾਹਾ, ਕਿ ਇਹ ਪੰਥ ਗੁਰੂ ਦਾ ਏ ਅਤੇ ਮੈਂ ਗੁਰੂ ਪੰਥ ਦੇ ਵਿੱਚ ਹੀ ਰਹਾਂਗਾ ਹਰ ਵੇਲੇ। ਕਹਿੰਦੇ ਜਦੋਂ ਬਾਬਾ ਬੋਤਾ ਸਿੰਘ ਜੀ ਨੇ ਬੋਲੀ ਸੁਣੀ ਕਿ ਸਿੰਘ ਤਾਂ ਮਰ ਮੁੱਕ ਗਏ ਨੇ, ਜੇ ਇਹ ਸਿੰਘ ਹੁੰਦੇ ਸਾਹਮਣੇ ਆ ਕੇ ਲੜਦੇ ਨਾ, ਇਹ ਬੋਲੀ ਸਿੱਧਾ ਦਿਲ ਨੂੰ ਵੱਜ ਗਈ ਕਿ ਸਿੰਘ ਮੁੱਕੇ ਨਹੀਂ ਹੈਗੇ ਅਤੇ ਨਾ ਹੀ ਸਿੰਘਾਂ ਨੂੰ ਮੁਕਾਉਣ ਵਾਲਿਆ ਕੋਈ ਆਇਆ ਹੈ। ਸਾਧ ਸੰਗਤ, ਇਹ ਬੋਲੀ ਨੇ ਐਸਾ ਅਸਰ ਕੀਤਾ, ਇਤਿਹਾਸ ਪੜ੍ਹੋ ਅਤੇ ਦਿਲ ਦਹਿਲ ਜਾਂਦਾ ਹੈ। ਕਹਿੰਦੇ ਇਹ ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ ਤਰਨ ਤਾਰਨ ਦੇ ਲਾਗੇ, ਨੂਰ ਦੀ ਸਰਾਂ ਦੇ ਲਾਗੇ ਸਾਧ ਸੰਗਤ ਉੱਥੇ ਬਾਹਰ ਆ ਕੇ ਆਪਣਾ ਨਾਕਾ ਲਾ ਲਿੱਤਾ ਸਰੇਆਮ ਰੋਡ ਦੇ ਉੱਤੇ, ਸੜਕ ਦੇ ਉੱਤੇ ਹੱਥ ਵਿੱਚ ਸੋਟਾ ਫੜਿਆ ਹੋਇਆ, ਨੇਜਾ ਫੜਿਆ ਹੋਇਆ ਦੂਸਰੇ ਸਿੰਘਾਂ ਦੇ ਹੱਥ ਵਿੱਚ। ਇਹ ਬੋਲੀ ਨੇ ਅਸਰ ਕੀਤਾ ਕਿ ਜ਼ਕਰੀਆ ਖਾਨ ਸਮਝ ਰਿਹਾ ਹੈ ਕਿ ਸਿੰਘ ਮਰ ਮੁੱਕ ਗਏ ਨੇ, ਪਰ ਇਹਨੂੰ ਦੱਸਣਾ ਹੈ ਕਿ ਸਿੰਘ ਮਰੇ ਨਹੀਂ, ਸਿੰਘਾਂ ਦਾ ਤਾਂ ਰਾਜ ਚੱਲ ਰਿਹਾ ਹੈ। ਸੜਕ ਦੇ ਉੱਤੇ ਚੁੰਗੀ ਲੈਣੀ ਸ਼ੁਰੂ ਕਰ ਦਿੱਤੀ, ਟੈਕਸ ਲੈਣਾ ਸ਼ੁਰੂ ਕਰ ਦਿੱਤਾ ਕਿ ਇੱਥੇ ਤਰਨ ਤਾਰਨ ਖਾਲਸੇ ਦਾ ਰਾਜ, ਅਤੇ ਜਿਹੜਾ ਇਸ ਸੜਕ ਤੋਂ ਲੰਘੇਗਾ ਸਾਧ ਸੰਗਤ ਜੀ ਉਹਨੂੰ ਖਾਲਸੇ ਦਾ ਟੈਕਸ ਦੇਣਾ ਪਵੇਗਾ। ਆਖੋ ਸਤਨਾਮ। ਔਰ ਇੱਥੋਂ ਤੱਕ ਆਉਂਦਾ ਕਿ ਜਿਹੜਾ ਵੀ ਉਸ ਵੇਲੇ ਉਸ ਸੜਕ ਤੋਂ ਲੰਘਦਾ ਸੀ ਨਾ, ਕਹਿੰਦੇ ਗੱਡੇ ਕੋਲੋਂ ਆਨਾ ਟੈਕਸ ਲੈਂਦੇ ਸਨ, ਅਤੇ ਖੋਤਾ ਜੇ ਕੋਈ ਸਮਾਨ ਲੈ ਕੇ ਲੰਘਦਾ ਸੀ ਖੋਤੇ ਦੇ ਉੱਤੇ ਤਾਂ ਉਹਦੇ ਕੋਲੋਂ ਸਾਧ ਸੰਗਤ ਜੀ ਪੈਸਾ ਟੈਕਸ ਲਿੱਤਾ ਜਾਂਦਾ ਸੀ। ਕਹਿੰਦੇ ਕਿੰਨਾ ਚਿਰ ਇਹ ਟੈਕਸ ਲੈਂਦੇ ਰਹੇ, ਜਦੋਂ ਤਦ ਵੀ ਜ਼ਕਰੀਆ ਖਾਨ ਦੇ ਕੋਲ ਖਬਰ ਨਾ ਪਹੁੰਚੀ। ਅਤੇ ਇੱਥੋਂ ਤੱਕ ਇਤਿਹਾਸ 'ਚ ਆਉਂਦਾ ਹੈ ਕਿ ਕਿਸੇ ਖੋਤੇ ਵਾਲੇ ਨੇ ਜਦੋਂ ਪੁੱਛਿਆ ਕਿ ਕਿੱਧਰ ਜਾ ਰਿਹਾ, ਕਹਿਣ ਲੱਗਾ ਮੈਂ ਜ਼ਕਰੀਆ ਖਾਨ ਦੇ ਕੋਲ ਜਾ ਰਿਹਾ ਵਾਂ, ਅਤੇ ਕਹਿੰਦੇ ਉਹਦੇ ਹੱਥ ਬਾਬਾ ਬੋਤਾ ਸਿੰਘ ਜੀ ਨੇ ਇੱਕ ਚਿੱਠੀ ਲਿਖ ਕੇ ਭੇਜੀ। ਕਹਿਣ ਲੱਗੇ ਚਿੱਠੀ ਜ਼ਕਰੀਆ ਖਾਨ ਨੂੰ ਦੇ ਦੀ। ਔਰ ਚਿੱਠੀ ਵਿੱਚ ਕੀ ਲਫਜ਼ ਨੇ ਸਾਧ ਸੰਗਤ, ਉਹ ਚਿੱਠੀ ਦਾ ਵੇਰਵਾ ਇੰਝ ਆਉਂਦਾ, ਕਹਿੰਦੇ ਚਿੱਠੀ ਲਿਖੇ ਯੋਂ ਸਿੰਘ ਬੋਤਾ, ਹੱਥ ਹੈ ਸੋਟਾ ਵਿੱਚ ਰਾਹ ਖਲੋਤਾ, ਕਿ ਜ਼ਕਰੀਆ ਖਾਨ ਤੂੰ ਸਮਝਦਾ ਸਿੰਘ ਮਰ ਮੁੱਕ ਗਏ ਨੇ, ਸਿੰਘ ਮਰੇ ਨਹੀਂ। ਚਿੱਠੀ ਦਾ ਵੇਰਵਾ ਸੰਗਤ ਜੀ ਸੁਣਿਓ, ਚਿੱਠੀ ਲਿਖੇ ਯੋਂ ਸਿੰਘ ਬੋਤਾ, ਹੱਥ ਹੈ ਸੋਟਾ ਵਿੱਚ ਰਾਹ ਖੜੋਤਾ, ਆਨਾ ਲਾਇਆ ਗੱਡੇ ਨੂੰ ਅਤੇ ਪੈਸਾ ਲਾਇਆ ਖੋਤਾ, ਕਿ ਸਾਡੀ ਤਾਂ ਸਰਕਾਰ ਚੱਲਦੀ ਪਈ, ਅਸੀਂ ਤਾਂ ਟੈਕਸ ਲਾਇਆ ਹੋਇਆ ਆਪਣਾ, ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ, ਆਖ ਭਾਬੀ ਖਾਨੋ ਨੂੰ ਯੋਂ ਆਖੇ ਸਿੰਘ ਬੋਤਾ, ਔਰ ਜ਼ਕਰੀਆ ਖਾਨ ਨੂੰ ਛੇੜ ਕੇ ਲਿਖਿਆ ਕਿ ਆਪਣੀ ਭਾਬੀ ਨੂੰ ਕਹਿ ਦੀ ਕਿ ਜ਼ਕਰੀਆ ਖਾਨ ਬਾਬਾ ਬੋਤਾ ਸਿੰਘ ਸਰੇਆਮ ਰਾਹ ਦੇ ਵਿੱਚ ਖਲੋਤਾ, ਜੇ ਕੁਝ ਕਰਨਾ ਤਾਂ ਆ ਕੇ ਕਰ ਲਵੇ। ਆਖੋ ਸਤਨਾਮ। ਸਿੰਘਾਂ ਦੀ ਇਹ ਜ਼ੁਰਤ ਭਰੀ ਚਿੱਠੀ ਜਦੋਂ ਜ਼ਕਰੀਆ ਖਾਨ ਕੋਲ ਪਹੁੰਚੀ ਤਾਂ ਜ਼ਕਰੀਆ ਖਾਨ ਦੇ ਹੋਸ਼ ਉੱਡ ਗਏ, ਭਰੇ ਦੀਵਾਨ ਦੇ ਵਿੱਚ ਆਪਣੀ ਫੌਜਾਂ ਦੇ ਸਾਹਮਣੇ ਕਿਸੇ ਨੇ ਇਹੋ ਜਿਹੀ ਚਿੱਠੀ ਲਿਖੀ ਹੋਵੇ
ਤੇ ਜਦੋਂ ਜ਼ਕਰੀਆ ਖਾਨ ਦਾਵੇ ਕਰਦਾ ਹੋਵੇ ਸਿੰਘ ਰਹੇ ਨਹੀਂ ਤੇ ਚਿੱਠੀ ਮਿਲੇ ਕਿ ਸਿੰਘ ਤੇ ਟੈਕਸ ਲੈ ਰਹੇ ਨੇ ਸਾਡੀ ਤੇ ਸਰਕਾਰ ਚਲਦੀ ਪਈ ਹੈ। ਇਤਿਹਾਸ ਚਾਹੁੰਦਾ ਜ਼ਕਰੀਆ ਖਾਨ ਦਾ ਅੱਧਾ ਹੌਸਲਾ ਉਦੋਂ ਹੀ ਟਹਿ ਗਿਆ। ਉਸੇ ਵੇਲੇ ਆਪਣੀਆਂ ਫੌਜਾਂ ਨੂੰ ਭੇਜਿਆ ਇਹਨਾਂ ਦੋਵਾਂ ਸਿੰਘਾਂ ਨੂੰ ਫੜਨ ਦੇ ਵਾਸਤੇ। ਇਤਿਹਾਸ ਚਾਹੁੰਦਾ ਕਿ 500 ਬੰਦਾ ਭੇਜਿਆ ਜ਼ਕਰੀਆ ਖਾਨ ਨੇ। ਆਖੋ ਸਤਨਾਮ। ਜਦੋਂ 500 ਬੰਦਾ ਸਾਧ ਸੰਗਤ ਜੀ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਨੂੰ ਪਕੜਨ ਵਾਸਤੇ ਆਇਆ ਘੋੜਿਆਂ 'ਤੇ ਸਵਾਰ ਔਰ ਇਹਨਾਂ ਸੂਰਮਿਆਂ ਦੇ ਹੱਥਾਂ ਦੇ ਵਿੱਚ ਇੱਕ ਦੇ ਹੱਥ ਵਿੱਚ ਸੋਟਾ ਇੱਕ ਦੇ ਹੱਥ ਵਿੱਚ ਨੇਜਾ ਔਰ ਦੋਨੋਂ ਇਤਿਹਾਸ 'ਚ ਆਉਂਦਾ ਕਿ ਜਦੋਂ ਆ ਕੇ 500 ਮੁਸਲਮਾਨਾਂ ਨੇ ਘੇਰ ਲਿੱਤਾ ਅਤੇ ਪਹਿਲੇ ਕਿਹਾ ਕਿਉਂ ਆਪਣੀ ਜਾਨ ਗਵਾਉਂਦੇ ਹੋ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿਓ ਕਿਉਂ ਜਾਨ ਗਵਾਉਂਦੇ ਹੋ ਆਪਣੀ ਨਜਾਇਜ਼। ਅਤੇ ਉਸ ਵੇਲੇ ਇਹਨਾਂ ਦੋਨਾਂ ਸਿੰਘਾਂ ਨੇ ਕਿਹਾ ਹਮ ਕਬ ਆਪਣੀ ਜਾਨ ਬਚਾਵੇਂ ਹਮ ਤੋਂ ਮਰਨਾ ਆਪ ਤਕਾਵੇਂ ਕਿ ਅਸੀਂ ਆਪਣੀਆਂ ਜਾਨਾਂ ਕਦੋਂ ਬਚਾਉਂਦੇ ਪਏ ਹਾਂ। ਜੇ ਅਸੀਂ ਆਪਣੀਆਂ ਜਾਨਾਂ ਹੀ ਬਚਾਉਣੀਆਂ ਹੁੰਦੀਆਂ ਤੁਹਾਨੂੰ ਆਪ ਕਿਉਂ ਚਿੱਠੀ ਲਿਖ ਕੇ ਸੱਦਦੇ। ਹਮ ਤੋਂ ਮਰਨਾ ਆਪ ਤਕਾਵੇਂ ਅਸੀਂ ਤਾਂ ਆਪ ਮੋਹੇ ਮਰਨੇ ਕਾ ਚਾਓ ਹੈ ਮਰੂੰ ਤਾਂ ਹਰ ਕੇ ਦੁਆਰ। ਇਹ ਬੋਲੀ ਨੂੰ ਦੂਰ ਕਰਨ ਵਾਸਤੇ ਕਿ ਸਿਰ ਸਿੰਘ ਮੁੱਕੇ ਨਹੀਂ ਨਾ ਹੀ ਇਹਨਾਂ ਨੂੰ ਕੋਈ ਮੁਕਾ ਸਕਦਾ ਹੈ। ਅਤੇ ਉਸ ਵੇਲੇ ਕਹਿੰਦੇ 500 ਬੰਦਿਆਂ ਦੇ ਆਗੂ ਜਿਹੜਾ ਗਿਆ ਸੀ ਜਰਨੈਲ ਉਸ ਨੇ ਹੁਕਮ ਕੀਤਾ ਕਿ ਇਹਨਾਂ ਨੂੰ ਤੀਰਾਂ ਅਤੇ ਗੋਲੀਆਂ ਦੇ ਨਾਲ ਮਾਰੋ। ਕਹਿੰਦੇ ਗੋਲੀਆਂ ਤੋਂ ਜਾਨ ਬਚਾਉਂਦੇ ਰਹੋ ਔਰ ਇਹਨਾਂ ਸੂਰਮਿਆਂ ਨੇ ਅਦੁੱਤੀ ਲੜਾਈ ਲੜੀ। ਦੋਨੋਂ ਸੂਰਮੇ ਪਿੱਠਾਂ ਨਾਲ ਪਿੱਠ ਜੋੜ ਕੇ ਅਤੇ ਕਹਿੰਦੇ ਸੋਟੇ ਦੇ ਨਾਲ ਇੱਧਰੋਂ 500 ਮੁਗਲ ਤੀਰ ਚਲਾਉਣ ਅਤੇ ਇਹ ਦੋਨੋਂ ਜਾਣੇ ਕਹਿੰਦੇ ਸੋਟੇ ਦੇ ਨਾਲ ਤੀਰਾਂ ਨੂੰ ਮਾਰੀ ਜਾਣ ਸੱਜੇ ਖੱਬੇ ਤੀਰਾਂ ਤੋਂ ਬਚਦੇ ਰਹੇ। ਕਾਫੀ ਦੇਰ ਤੱਕ ਜਦੋਂ ਤੀਰ ਇਹਨਾਂ ਨੂੰ ਕੋਈ ਨਾ ਲੱਗਾ ਅਤੇ ਫਿਰ ਇਹਨਾਂ ਨੇ ਦੂਸਰਾ ਤਾਨਾ ਮਾਰਿਆ। ਕਹਿਣ ਲੱਗੇ ਕੈਸੇ ਰੱਖੇ ਹਨ ਘਟੀਆ ਤੀਰ ਜੋ ਚੀਰ ਨਾ ਸਕੇ ਹਮਾਰੇ ਸਰੀਰ। ਇਹ ਕਿੱਦਾਂ ਦੇ ਤੀਰ ਰੱਖੇ ਹੋਏ ਨੇ ਜਿਹੜੇ ਸਾਡੇ ਸਰੀਰਾਂ ਨੂੰ ਚੀਰ ਹੀ ਨਹੀਂ ਸਕਦੇ ਪਏ। ਕਹਿੰਦੇ ਜਦੋਂ ਇਹ ਦੂਜਾ ਤਾਨਾ ਮਾਰਿਆ ਤਾਂ ਜਰਨੈਲ ਨੇ ਹੁਕਮ ਕੀਤਾ ਕਿ ਗਾਂ ਵੱਧ ਕੇ ਇਹਨਾਂ ਨੂੰ ਦੱਸ ਦਿਓ। ਕਹਿੰਦੇ ਜਦੋਂ ਗਾਂ ਵਧੇ ਤਾਂ ਕਹਿੰਦੇ ਇਤਿਹਾਸ 'ਚ ਆਉਂਦਾ ਪੰਥ ਪ੍ਰਕਾਸ਼ ਦੇ ਬਚਨ ਨੇ ਕਹਿੰਦੇ ਸਨਮੁਖ ਸੂਰੇ ਭਿੜਵੇ ਆਪਣ ਆਪ ਮਿਲਾਏ ਟੋਟੇ ਟੋਟੇ ਹੋ ਗਏ ਪਰ ਪੈਰ ਨਾ ਪਿੱਛੇ ਹਟਾਏ। ਕਹਿੰਦੇ ਦੋਨਾਂ ਸੂਰਮਿਆਂ ਦੇ ਪੈਰਾਂ ਦੇ ਇਹ ਪਿੱਠ ਨਾਲ ਪਿੱਠ ਜੋੜ ਕੇ ਪਿੱਠ ਨਾਲ ਪਿੱਠ ਜੋੜ ਕੇ ਸਾਧ ਸੰਗਤ ਜੀ ਓਨੀ ਦੇਰ ਤੱਕ ਲੜਦੇ ਰਹੇ ਓਨੀ ਦੇਰ ਤੱਕ ਕਹਿੰਦੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਰਹੇ ਜਿੰਨੀ ਦੇਰ ਤੱਕ ਸਾਧ ਸੰਗਤ ਆਪਣੇ ਸਰੀਰ ਦੀ ਸ਼ਹੀਦੀਆਂ ਨਹੀਂ ਦਿੱਤੀਆਂ ਪਰ ਪੈਰ ਪਿੱਛੇ ਨਹੀਂ ਹਟਾਏ। ਕਿਸ ਪਿੱਛੇ? ਕਿਉਂਕਿ ਬੋਲੀ ਵੱਜੀ ਸੀ ਕਿ ਸਿੰਘ ਮਰ ਮੁੱਕ ਗਏ ਨੇ। ਆਖੋ ਸਤਨਾਮ। ਕੁਰਬਾਨ ਜਾਈਏ ਉਹਨਾਂ ਗੁਰੂ ਦੇ ਪਿਆਰਿਆਂ ਤੋਂ ਐਸਾ ਇਤਿਹਾਸ ਜਿਨ੍ਹਾਂ ਨੇ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਪ੍ਰੇਮ ਦਾ ਸਦਕਾ ਸਤਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਆ ਕੇ ਆਪਣੀਆਂ ਜਾਨਾਂ ਦੀ ਇਹ ਪਰਵਾਹ ਨਹੀਂ ਕੀਤੀ। ਆਮ ਵੇਖ ਲਓ ਅਸੀਂ ਅੱਜ 300 ਸਾਲਾਂ ਸਾਜਨਾ ਦਿਵਸ ਮਨਾ ਰਹੇ ਹਾਂ ਪਰ ਜਦੋਂ ਕਿਸੇ ਨੂੰ ਕੋ ਅੰਮ੍ਰਿਤ ਛਕ ਲੈ ਭਾਈ ਜਦੋਂ ਅੰਮ੍ਰਿਤ ਛਕਣ ਦੀ ਬੇਨਤੀ ਕਰੋ ਤਾਂ ਸਾਧ ਸੰਗਤ ਅਸੀਂ ਆਪਣੇ ਸੁੱਖਾਂ ਨੂੰ ਸਾਹਮਣੇ ਲੈ ਆਉਂਦੇ ਹਾਂ। ਮਾੜੇ ਮਾੜੇ ਬਹਾਨੇ ਬਣਾ ਕੇ ਸਤਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਨਹੀਂ ਆਉਂਦੇ ਅੰਮ੍ਰਿਤ ਛਕਣ ਤੋਂ ਇਨਕਾਰੀ ਹੋ ਜਾਂਦੇ ਹਾਂ। ਪਰ ਕੁਰਬਾਨ ਜਾਈਏ ਗੁਰੂ ਦੇ ਪਿਆਰਿਆਂ ਤੋਂ। ਧੰਨ ਬਾਬਾ ਬੋਤਾ ਸਿੰਘ ਜੀ ਧੰਨ ਬਾਬਾ ਗਰਜਾ ਸਿੰਘ ਜੀ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਆ ਕੇ ਸੂਰਾ ਸੂ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਐਸੀ ਲਸਾਨੀ ਅਦੁੱਤੀ ਕੁਰਬਾਨੀ ਦਿੱਤੀ। ਆਓ ਸਾਰੀ ਸੰਗਤ ਰਲ ਕੇ ਉਹਨਾਂ ਗੁਰੂ ਦੇ ਪਿਆਰਿਆਂ ਦੀਆਂ ਸਿਫਤਾਂ ਵਿੱਚ ਜੁੜੀਏ ਕਿਉਂਕਿ ਸਤਿਗੁਰ ਜੀ ਦੇ ਵੀ ਬਚਨ ਨੇ ਸਾਧ ਸੰਗਤ ਜੀ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ। ਉਹਨਾਂ ਦੀ ਸੋਭਾ ਰਹਿੰਦੀ ਦੁਨੀਆਂ ਦੇ ਵਿੱਚ ਸਾਧ ਸੰਗਤ ਕੋਈ ਮਿਟਾ ਨਹੀਂ ਸਕਦਾ। ਆਓ ਕਿਰਪਾ ਕਰਿਓ ਸਾਰੀ ਸੰਗਤ ਨਾਲ ਉਹਨਾਂ ਦੀ ਸਿਫਤ ਕਰਿਓ ਨਾਲ ਆਪਣੇ ਮਨ ਨੂੰ ਵੀ ਪੱਕਿਆਂ ਕਰੋ ਕਿ ਮਣਾ ਤੂੰ ਵੀ ਗੁਰੂ ਦੇ ਪ੍ਰੇਮ ਦੇ ਵਿੱਚ ਆ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਔਰ ਇਤਿਹਾਸ ਨੂੰ ਯਾਦ ਰੱਖ। ਆਓ ਕਰਿਓ ਕਿਰਪਾ ਕੋਈ ਵੀ ਰਸਨਾ ਵਾਂਝੀ ਨਾ ਰਵੇ ਜੀ। ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਧੰਨ
ਬਾਬਾ ਬੋਤਾ ਸਿੰਘ ਜੀ ਤੇਰੀ ਜੈ ਹੋਵੇ, 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 ਓ ਬਾਬਾ ਗਰਜਾ ਸਿੰਘ ਜੀ ਤੇਰੀ ਜੈ ਹੋਵੇ, ਬਾਬਾ ਗਰਜਾ ਸਿੰਘ ਬਾਬਾ ਗਰਜਾ ਸਿੰਘ ਜੀ ਤੇਰੀ ਜੈ ਹੋਵੇ, ਬਾਬਾ ਗਰਜਾ ਸਿੰਘ ਜੀ ਤੇਰੀ ਜੈ ਹੋਵੇ, ਧੰਨ ਗੁਰੂ ਪਿਆਰੇ, ਧੰਨ ਗੁਰੂ ਪਿਆਰੇ, ਧੰਨ ਗੁਰੂ ਪਿਆਰੇ, ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ ਪਿਆਰੇ, ਧੰਨ ਗੁਰੂ, ਵਾਹਿਗੁਰੂ, 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 ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ ਪਿਆਰੇ, ਧੰਨ ਗੁਰੂ, ਓ ਧੰਨ ਗੁਰੂ, ਧੰਨ ਗੁਰੂ ਪਿਆਰੇ, ਧੰਨ ਗੁਰੂ, ਸੋ ਪਹਿਚਾਨ।
पुरजा कट मरे खेत सूरा सो पहचानिए बाबू न छाड़े खेत सूरा सो पहचानिए जो लड़े दीन के खेत सूरा सो पहचानिए इस
ਸ਼ਬਦ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਗਾਵਣ ਸੁਣਨਾ ਬਹੁਤ ਸੌਖਾ ਹੈ ਪਰ ਜੇ ਕੋਈ ਆਖੇ ਇਹਨਾਂ ਸ਼ਬਦਾਂ 'ਤੇ ਅਮਲ ਕਰਨਾ ਇਹਨਾਂ ਸ਼ਬਦਾਂ 'ਤੇ ਅਮਲ ਕਰਨਾ ਬਹੁਤ ਔਖਾ ਹੈ ਔਰ ਜਿਨ੍ਹਾਂ ਨੇ ਕੀਤਾ ਇੱਕ ਵਾਰੀ ਪਿਆਰ ਨਾਲ ਆਖੋ ਲੈ ਕੇ ਹੀ ਰਸਨਾ ਨੂੰ ਹੀ ਧਨ ਬਣਾਈਏ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ, ਸਾਰੀ ਸੰਗਤ ਆਖੋ ਬਈ ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੇ ਇਹਨਾਂ ਸ਼ਬਦਾਂ 'ਤੇ ਅਮਲ ਕੀਤਾ। ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾਡੇ ਖੇਤ। ਸਾ ਸੰਗਤ ਜਾਉਂ ਤੋ ਪ੍ਰੇਮ ਖੇਲਣ ਕਾ ਚਾਉ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਸਿਰਫ ਸ਼ਬਦ ਨੂੰ ਗਾਇਆ ਹੀ ਨਹੀਂ, ਸ਼ਬਦ ਸਭ ਨੂੰ ਸੁਣਿਆ ਹੀ ਨਹੀਂ, ਅਮਲੀ ਜੀਵਨ 'ਚ ਢਾਲਣਾ ਵੀ ਕੀਤਾ। ਇਤਿਹਾਸ ਪੜ੍ਹੋ, ਕੁਰਬਾਨ ਜਾਈਏ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੇ ਬਾਲ ਅਵਸਥਾ ਦੇ ਵਿੱਚ ਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲੋਂ ਆਪ ਅੰਮ੍ਰਿਤ ਛਕਿਆ। ਕਲਗੀਧਰ ਪਾਤਸ਼ਾਹ ਜੀ ਦੇ ਹੱਥੋਂ ਅੰਮ੍ਰਿਤ ਦੀ ਦਾਤ ਲਿੱਤੀ ਅਤੇ ਇਤਿਹਾਸ 'ਚ ਆਉਂਦਾ ਕਾਫੀ ਦਿਨ ਉੱਥੇ ਹੀ ਰਹਿ ਪਏ ਅਨੰਦਪੁਰ ਸਾਹਿਬ ਦੇ ਵਿੱਚ। ਯਾਤਰਾ ਗਏ ਸਨ ਸੰਗਤ ਦੇ ਨਾਲ ਅੰਮ੍ਰਿਤ ਛਕਣ ਵਾਸਤੇ, ਮਾਪੇ ਨਾਲ ਸਨ, ਪਰ ਅੰਮ੍ਰਿਤ ਛੱਕ ਕੇ ਐਸਾ ਰੰਗ ਲੱਗਾ, ਐਸੀ ਲਿਵ ਲੱਗੀ, ਵਾਪਸ ਆਉਣ 'ਤੇ ਚਿੱਤ ਨਾ ਕਰੇ। ਕਿਤਨੇ ਦਿਨ ਉੱਥੇ ਰਹੇ, ਅੱਜ ਮਾਤਾ ਜਿਉਣੀ ਕਹਿੰਦੀ ਹੈ ਦੀਪ ਵਾਪਸ ਚੱਲ, ਪਰ ਬਾਬਾ ਦੀਪ ਸਿੰਘ ਜੀ ਬਾਲ ਅਵਸਥਾ ਕਹਿਣ ਲੱਗੇ ਮਾਤਾ ਮੇਰਾ ਜਾਣ 'ਤੇ ਚਿੱਤ ਨਹੀਂ ਕਰਦਾ। ਆਖੋ ਸਤਨਾਮ। ਮਾਤਾ ਜਿਉਣੀ ਜੀ ਨੇ ਕਲਗੀਧਰ ਜੀ ਨੂੰ ਸ਼ਿਕਾਇਤ ਕੀਤੀ, ਸਤਿਗੁਰੂ ਇਹ ਦੀਪ ਜਿਹਨੇ ਅੰਮ੍ਰਿਤ ਛਕਿਆ ਆਪ ਜੀ ਕੋਲੋਂ ਦੀਪ ਸਿੰਘ ਬਣਿਆ ਹੁਣ, ਪਰ ਇਹ ਜਾਂਦਾ ਨਹੀਂ ਪਿਆ। ਅਤੇ ਸਤਿਗੁਰ ਅੰਦਰ ਦੀ ਅਵਸਥਾ ਪੜ ਗਏ, ਆਉਣ ਵਾਲੇ ਸਮੇਂ ਉਹ ਵਾਕਫ ਸਨ ਮੇਰੇ ਪਾਤਸ਼ਾਹ ਜੀ ਕਿ ਇਹਨਾਂ ਕੋਲੋਂ ਕਿਹੜੀ ਸੇਵਾ ਲੈਣੀ ਹੈ। ਬਾਬਾ ਦੀਪ ਸਿੰਘ ਦੀ ਪੂਰਨ ਬ੍ਰਹਮ ਗਿਆਨੀ, ਨਾਮ ਦੇ ਰਸੀਏ, ਨਾਮ ਦੇ ਦਾਤੇ, ਮਹਾਂਬਲੀ ਯੋਧੇ, ਆਉਣ ਵਾਲਾ ਸਮਾਂ ਵੇਖਦੇ ਹੋਏ ਕਲਗੀਧਰ ਪਾਤਸ਼ਾਹ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਅੰਦਰ ਦੀ ਪੜ ਗਏ। ਕਹਿਣ ਲੱਗੇ ਮਾਤਾ ਇਹ ਦੀਪ, ਇਹ ਦੀਪ ਇਹਨੂੰ ਵਾਪਸ ਨਾ ਲੈ ਕੇ ਜਾ, ਇਹਨੂੰ ਇੱਥੇ ਰਹਿਣ ਦੇ। ਇਹ ਦੀਪ ਏ ਅਤੇ ਦੀਪ ਦਾ ਕੰਮ ਏ ਕਈਆਂ ਬੁਝਿਆਂ ਹੋਇਆਂ ਦੀਵਿਆਂ ਨੂੰ ਅਗਾਂਹ ਜਗਾਉਣਾ। ਆਖੋ ਸਤਨਾਮ। ਇਸ ਨੇ ਤਾਂ ਪਤਾ ਨਹੀਂ ਕਿਤਨੇ ਟੁੱਟਿਆਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਨਾ, ਤੂੰ ਇਸ ਨੂੰ ਸਾਡੇ ਕੋਲ ਰਹਿਣ ਦੇ। ਔਰ ਸਾ ਸੰਗਤ ਸਾਰੀ ਵਸਤਾ ਉਸ ਤੋਂ ਬਾਅਦ ਇਹ ਜਨਮ ਤੁਮਾਰੇ ਲਿਖੇ, ਕਲਗੀਧਰ ਦੇ ਲਾਡਲੇ ਬਾਬਾ ਦੀਪ ਸਿੰਘ ਜੀ ਇਹ ਜਨਮ ਲੇਖੇ ਲਾ ਦਿੱਤਾ ਸਤਿਗੁਰ ਜੀ ਦੇ। ਔਰ ਸਾਧ ਸੰਗਤ ਜਦੋਂ ਤੁਸੀਂ ਇਤਿਹਾਸ ਜਾਣਦੇ ਹੋ, ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਦਾ ਸਰੋਵਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਦੋਂ ਸਰੋਵਰ ਨੂੰ ਪੂਰਨਾ ਕੀਤਾ, ਜਦੋਂ ਪਤਾ ਲੱਗਾ ਕਿ ਸਿੰਘ ਮੁੱਕਦੇ ਕਿਉਂ ਨਹੀਂ, ਸਿੰਘ ਮਰਦੇ ਕਿਉਂ ਨਹੀਂ, ਇਹਨਾਂ ਨੂੰ ਮਾਰ ਮਾਰ ਕੇ ਥੱਕ ਜਾਂਦੇ ਹਾਂ, ਪਰ ਇਹ ਤੇ ਗਾਂ ਇਹ ਕਿਉਂ ਨਹੀਂ ਮਰਦੇ ਮੁੱਕਦੇ। ਅਤੇ ਸਾਧ ਸੰਗਤ ਪਤਾ ਕਰਾਇਆ ਅਤੇ ਕਹਿਣ ਲੱਗੇ ਇਹਨਾਂ ਦੀ ਸਾਰੀ ਤਾਕਤ ਹਰਿਮੰਦਰ ਸਾਹਿਬ ਦਾ ਸਰੋਵਰ ਏ, ਇਹ ਉੱਥੋਂ ਇਸ਼ਨਾਨ ਕਰਕੇ ਐਸੀ ਤਾਕਤ ਲੈ ਆਉਂਦੇ ਨੇ, ਜੇ ਉਹ ਸਰੋਵਰ ਪੂਰ ਦਿੱਤਾ ਜਾਵੇ ਤਾਂ ਸਿੰਘਾਂ ਦਾ ਖਾਤਮਾ ਹੋ ਸਕਦਾ। ਆਖੋ ਸਤਨਾਮ। ਅਹਿਮਦ ਸ਼ਾਹ ਅਬਦਾਲੀ ਨੇ ਸਾਧ ਸੰਗਤ ਇਤਿਹਾਸ 'ਚ ਆਉਂਦਾ ਸਰੋਵਰ ਨੂੰ ਪੂਰ ਦਿੱਤਾ ਮਿੱਟੀ ਦੇ ਨਾਲ। ਔਰ ਬਾਬਾ ਦੀਪ ਸਿੰਘ ਜੀ 75-80 ਸਾਲ ਦੀ ਉਮਰਾਂ ਉਸ ਵੇਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਬਿਰਾਜਮਾਨ ਸਨ, ਜਿੱਥੇ ਬਾਬਾ ਜੀ ਦਾ ਭੋਰਾ ਸਥਾਨ ਵੀ ਬਣਿਆ। ਜਪ ਤਪ ਦੇ ਮਾਲਕ, ਬੰਦਗੀ ਦੇ ਮਾਲਕ, ਸਿਰਲੱਥ ਯੋਧੇ। ਜਦੋਂ ਇਹ ਖਬਰ ਉਹਨਾਂ ਨੂੰ ਉੱਥੇ ਪਹੁੰਚੀ ਦਮਦਮੇ ਸਾਹਿਬ ਕਿ ਹਰਿਮੰਦਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ,
ਹਰਿਮੰਦਰ ਸਾਹਿਬ ਦਾ ਸਰੋਵਰ ਪੂਰ ਦਿੱਤਾ ਗਿਆ, ਬੜੀ ਬੇਪਤੀ ਹੋ ਰਹੀ ਹੈ। ਅਤੇ ਉਸ ਵੇਲੇ ਇਤਿਹਾਸ 'ਚ ਆਉਂਦਾ ਹੈ, ਧੰਨ ਬਾਬਾ ਦੀਪ ਸਿੰਘ ਜੀ ਨੇ ਅਖੰਡ ਪਾਠ ਕਰਾਇਆ ਗੁਰੂ ਗ੍ਰੰਥ ਸਾਹਿਬ ਜੀ ਦਾ, ਔਰ ਅਖੰਡ ਪਾਠ ਕਰਾ ਕੇ ਅਰਦਾਸ ਕੀਤੀ। ਇਹ ਪੰਕਤੀਆਂ ਗਿਆਨੀ ਗਿਆਨ ਸਿੰਘ ਜੀ ਦੇ ਰਚਿਤ ਕੀਤਾ ਹੋਇਆ ਪੰਥ ਪ੍ਰਕਾਸ਼ 'ਚੋਂ ਮਿਲਦੀਆਂ। ਕਹਿੰਦੇ, ਸੀਸ ਸੁਦਾਸਰ ਹੇਤ ਕਰ ਦੇਵੇਂਗੇ ਹਮ ਜਾਏ, ਕਰ ਅਰਦਾਸਾ ਤੁਰ ਪਏ ਸਿੰਘ ਜੀ ਫਤਿਹ ਗਜਾਏ। ਫਤਿਹ ਗਜਾ ਕੇ ਅਰਦਾਸ ਕਰਕੇ ਤੁਰ ਪਏ ਕਿ ਇਹ ਸ਼ਹੀਦੀ ਮੈਂ ਤਦ ਤੀਕਰ ਨਹੀਂ ਪਾਵਾਂਗਾ ਜਦ ਤੀਕਰ ਹਰਿਮੰਦਰ ਸਾਹਿਬ ਦੀ ਬੇਪਤੀ ਨੂੰ ਮੁੜ ਬਹਾਲ ਨਹੀਂ ਕਰ ਦਿੱਤਾ। ਜਦੋਂ ਤੱਕ ਹਰਿਮੰਦਰ ਸਾਹਿਬ ਦੀ ਬੇਦਬੀ ਹੋ ਰਹੀ ਹੈ, ਮੈਂ ਉਨੀ ਦੇਰ ਤੱਕ ਸ਼ਹੀਦੀ ਨਹੀਂ ਪ੍ਰਾਪਤ ਕਰਾਂਗਾ। ਕੁਰਬਾਨ ਜਾਈਏ ਬਾਬਾ ਅਜੀਤ ਸਿੰਘ ਜੀ ਤੋਂ, ਸਾਧ ਸੰਗਤ ਬਲਿਹਾਰੇ ਜਾਈਏ। ਲੋਕ ਇਹ ਕਹਿੰਦੇ ਨੇ ਅਸੀਂ ਮਰ ਜਾਵਾਂਗੇ ਜਾਂ ਕੰਮ ਕਰਾਂਗੇ, ਮਰ ਜਾਵਾਂਗੇ। ਪਰ ਬਾਬਾ ਦੀਪ ਸਿੰਘ ਜੀ ਨੇ ਕਿਹਾ, ਨਹੀਂ, ਮੈਂ ਜ਼ਿੰਦਾ ਰਹਾਂਗਾ ਜਦ ਤੱਕ ਹਰਿਮੰਦਰ ਸਾਹਿਬ ਦੀ ਬੇਦਬੀ ਨੂੰ ਰੋਕ ਨਹੀਂ ਲੈਂਦਾ। ਆਖੋ ਸਤਨਾਮ। ਔਰ ਉੱਥੋਂ ਕਾਫਲਾ ਲੈ ਕੇ ਕਹਿੰਦੇ ਤਰਨ ਤਾਰਨ ਮੁੜ ਆਏ। ਤਰਨ ਤਾਰਨ ਸਾਹਿਬ ਆ ਕੇ ਇਸ਼ਨਾਨ ਕਰਕੇ ਅਰਦਾਸ ਕਰਕੇ ਅਤੇ ਇੱਥੇ ਤਰਨ ਤਾਰਨ ਸਾਹਿਬ ਦੇ ਲਾਗੇ, ਸੰਗਰਾਣਾ ਸਾਹਿਬ ਦੇ ਲਾਗੇ ਇੱਕ ਲਕੀਰ ਖਿੱਚੀ ਖੰਡੇ ਦੇ ਨਾਲ, ਆਪਣੇ ਖੰਡੇ ਦੇ ਨਾਲ ਲਕੀਰ ਖਿੱਚੀ ਕੇ ਕਹਿਣ ਲੱਗੇ ਕਿ ਗਾਂ ਹੁਣ ਜਾਣਾ ਏ, ਸ਼ਹੀਦਾਂ ਦੀ ਜੰਝ ਚੱਲੀ ਏ ਗਾਂ। ਅਤੇ ਇੱਕ ਗੱਲ ਸੁਣ ਲਓ, ਜਿਨ੍ਹਾਂ ਨੇ ਤੇ ਮਜਾਨਾ ਪਿਆਰੀਆਂ ਉਹ ਇੱਥੋਂ ਹੀ ਵਾਪਸ ਕਰ ਜਾਓ, ਉਹ ਇੱਥੋਂ ਹੀ ਵਾਪਸ ਚਲੇ ਜਾਓ। ਅਤੇ ਜਿਨ੍ਹਾਂ ਨੂੰ ਜਾਨਾਂ ਨਾਲ ਪਿਆਰ ਨਹੀਂ, ਗੁਰੂ ਨਾਲ ਪਿਆਰ ਏ, ਆਪਣੇ ਸੀਸ ਵਾਰੂ ਨੂੰ ਤਿਆਰ ਏ, ਪੈਰ ਬਾਅਦ ਵਿੱਚੋਂ ਪਿੱਛੇ ਨਹੀਂ ਪੱਟਣੇ, ਉਹ ਇਸ ਲਕੀਰ ਨੂੰ ਟੱਪ ਜਾਣ। ਅਤੇ ਇਤਿਹਾਸ 'ਚ ਆਉਂਦਾ ਸਾਧ ਸੰਗਤ ਸਾਰੇ ਦੇ ਸਾਰੇ ਯੋਧੇ ਲਕੀਰ ਟੱਪ ਗਏ। ਆਖੋ ਸਤਨਾਮ। ਇਹ ਕਹਿ ਕੇ ਸਾਰੇ ਲਕੀਰ ਟੱਪ ਗਏ। ਮੋਏ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰ ਹਮਾਰੇ ਬਾਰ। ਅਗਾਂਹ ਮਰਨ ਜਾਉਣਾ। ਔਰ ਸਾਧ ਸੰਗਤ ਉਸ ਸਥਾਨ 'ਤੇ ਇਸ ਸਮੇਂ ਵੀ ਗੁਰਦੁਆਰਾ ਲਕੀਰ ਸਾਹਿਬ ਬਣਿਆ। ਜਦੋਂ ਤੁਰ ਪਏ ਅਤੇ ਸੰਗਰਾਣਾ ਸਾਹਿਬ ਦੇ ਲਾਗੇ ਸਾਧ ਸੰਗਤ ਜੀ, ਲਾਹੌਰ ਦੇ ਨਵਾਬ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਦਾ ਜਰਨੈਲ ਸੀ ਜਹਾਨ ਖਾਨ, ਜਿਹੜਾ ਆਪਣੇ ਹੋਰ ਜਰਨੈਲਾਂ ਨੂੰ ਲੈ ਕੇ ਆਇਆ ਹੋਇਆ ਸੀ, ਯਕੂਬ ਖਾਨ ਨੂੰ ਵੀ, ਜਮਾਲ ਖਾਨ ਨੂੰ ਵੀ, ਅਮਾਨ ਖਾਨ ਨੂੰ ਵੀ, ਹਜ਼ਾਰਾਂ ਦਾ ਜੱਥਾ ਉੱਧਰੋਂ। ਔਰ ਇੱਧਰੋਂ ਬਾਬਾ ਦੀਪ ਸਿੰਘ ਜੀ ਅਰਦਾਸ ਕੀਤੀ ਸੀ ਕਿ ਇਹ ਸੀਸ ਭੇਟ ਕਰਾਂਗਾ ਹਰਿਮੰਦਰ ਸਾਹਿਬ ਦੀ ਬੇਦਬੀ ਨੂੰ ਰੋਕਣ ਤੋਂ ਬਾਅਦ, ਓਨੀ ਦੇਰ ਤੱਕ ਮੈਂ ਮਰਾਂਗਾ ਨਹੀਂ। ਕੁਰਬਾਨ ਜਾਈਏ। ਔਰ ਸਾਧ ਸੰਗਤ ਕਹਿੰਦੇ ਸੰਗਰਾਣਾ ਸਾਹਿਬ ਦੇ ਲਾਗੇ ਕਰਕੇ ਬਹੁਤ ਘਮਸਾਣ ਦਾ ਯੁੱਧ ਹੋਇਆ। ਉੱਥੇ ਹੀ ਜਹਾਨ ਖਾਨ ਦੀਆਂ ਫੌਜਾਂ ਅਤੇ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ 'ਚ ਆਉਂਦਾ, ਸਭ ਤੋਂ ਪਹਿਲਾਂ ਕਹਿੰਦੇ ਆਪਣੇ ਗੁਰਜ ਦੇ ਨਾਲ ਯਕੂਬ ਖਾਨ ਦੇ ਸਿਰ ਦੇ ਉੱਤੇ ਗੁਰਜ ਮਾਰ ਕੇ ਅਤੇ ਉਹਦਾ ਸਿਰ ਫੇਆ। ਬਾਅਦ ਵਿੱਚੋਂ ਜਹਾਨ ਖਾਨ ਅਤੇ ਜਮਾਲ ਖਾਨ ਦੋਨਾਂ ਦੇ ਨਾਲ ਟੱਕਰਾਂ ਹੋਈਆਂ। ਕਹਿੰਦੇ ਇੱਕ ਸਾਂਝੇ ਵਾਰ ਦੇ ਵਿੱਚ ਪੰਥ ਪ੍ਰਕਾਸ਼ ਦੀਆਂ ਪੰਕਤੀਆਂ ਆਉਂਦੀਆਂ, ਇੱਕ ਸਾਂਝੇ ਵਾਰ ਦੇ ਵਿੱਚ ਦੋਨੋਂ ਸਿੰਘ ਘੋੜੇ 'ਤੇ ਵਿਰਾਜਮਾਨ ਨੇ। ਕਹਿੰਦੇ ਚਲੀ ਤੇਗ ਅਤ ਬੇਗ ਸੈਂ, ਦੋਹੋਂ ਕੇਲ ਬਲ ਧਾਰ, ਉੱਤਰ ਗਏ ਸਿਰ ਦੋਵਾਂ ਕੇ ਪਰਸ ਪਰੇ ਇੱਕ ਸਾਰ। ਸਾਂਝੇ ਵਾਰ ਦੇ ਵਿੱਚ ਦੋਨਾਂ ਦੇ ਸਿਰ ਧੜ ਤੋਂ ਅਲੱਗ ਹੋ ਗਏ। ਆਖੋ ਸਤਨਾਮ। ਜਦੋਂ ਬਾਬਾ ਦੀਪ ਸਿੰਘ ਜੀ ਦਾ ਪਾਵਨ ਸੀਸ ਜਦੋਂ ਥੱਲੇ ਡਿੱਗਣ ਲੱਗਾ ਤੇ ਉਸ ਵੇਲੇ ਇੱਕ ਸਿੱਖ ਨੇ ਬਚਨ ਕੀਤੇ, ਕਹਿੰਦੇ ਡਿੱਗ ਤੈ ਇੱਕ ਸਿੱਖ ਪਿੱਖ ਕਹਿਓ, ਪ੍ਰਣ ਤੁਮਾਰਾ ਦੀਪ ਸਿੰਘ ਰਹਿਓ। ਉਹ ਦੀਪ ਸਿੰਘ, ਤੇਰਾ ਪ੍ਰਣ ਵਿੱਚੇ ਰਹਿ ਜਾਣਾ, ਤੇਰਾ ਤੇ ਸਿਰ ਲੱਥ ਗਿਆ, ਤੂੰ ਤੇ ਅਰਦਾਸ ਕੀਤੀ ਸੀ ਕਿ ਮੈਂ ਆਪਣਾ ਸੀਸ ਹਰਿਮੰਦਰ ਜਾ ਕੇ ਭੇਟ ਕਰਾਂਗਾ ਅਤੇ ਪ੍ਰਣ ਤੁਮਾਰਾ ਦੀਪ ਸਿੰਘ ਰਹਿਓ, ਤੇਰਾ ਪ੍ਰਣ ਵਿੱਚੇ ਰਹਿ ਜਾਣਾ ਏ। ਗੁਰਪੁਰੇ ਜਾਏ ਸੀਸ ਮੈਂ ਦੇਹੂੰ, ਸੋ ਤੇ ਦੋ ਕੋਸ ਇਸਤੇ ਹੋ। ਤੂੰ ਕਿਹਾ ਸੀ ਮੈਂ ਗੁਰੂ ਦੇ ਦੁਆਰੇ ਜਾ ਕੇ ਸੀਸ ਭੇਟਾ ਕਰਾਂਗਾ, ਗੁਰੂ ਦਾ ਦੁਆਰਾ ਤੇ ਹਜੇ ਦੋ ਕੋਹ ਦੂਰ ਪਿਆ ਹੈ, ਦੀਪ ਸਿੰਘ ਤੇਰਾ ਪ੍ਰਣ ਵਿੱਚੇ ਰਹਿ ਜਾਣਾ। ਇੰਨੇ ਜਦੋਂ ਬਚਨ ਕਹੇ, ਕਿਉਂਕਿ ਕਿਸੇ ਕਵੀ ਨੇ ਬਚਨ ਕੀਤੇ ਨੇ, ਗਿਰੇ ਵੋ ਆਸਮਾਂ ਨੀਚੇ, ਜ਼ਮੀਨ ਉਲਟੀ ਪਲਟ ਜਾਏ, ਕਰਮ ਆਪਣੀ ਜਗ੍ਹਾ ਛੋੜੇ, ਉੱਥਾਂ ਖੁਰਸ਼ੀਦ ਹਟ ਜਾਏ। ਕਹਿੰਦੇ ਅਸਮਾਨ ਥੱਲੇ ਆ ਸਕਦਾ ਏ, ਧਰਤੀ ਉੱਤੇ ਚਲੀ ਜਾ ਸਕਦੀ ਏ, ਸਮੁੰਦਰ ਆਪਣੀ ਹਸਤੀ ਕੋ ਲੈ ਕੇ ਕੁਝਾ ਮੈਂ ਸਿਮਟ ਜਾਏ,
ਕਹਿੰਦੇ ਸਮੁੰਦਰ ਸਾਰਾ ਘੜੇ ਦੇ ਵਿੱਚ ਭਰ ਸਕਦਾ ਏ, ਫਲਕ ਪੈ ਫੋਜੇ ਅੰਜਮ ਵਿੜਕੇ ਖੁਦ ਆਪਸ ਮੇਂ ਕੱਟ ਜਾਏ। ਇੱਕੋ ਪਾਸੇ ਲੜਨ ਵਾਲੀਆਂ ਫੌਜਾਂ ਆਪਸ ਵਿੱਚ ਵੀ ਲੜ ਸਕਦੀਆਂ ਏ। ਕਹਿੰਦੇ ਮੁਲਕ ਬਦਲੇ ਮਲਕ ਬਦਲੇ ਜ਼ਮੀਨੋ ਆਸਮਾਨ ਬਦਲੇ, ਮਗਰ ਮੁਮਕਿਨ ਨਹੀਂ ਕਿ ਇੱਕ ਗੁਰਸਿੱਖ ਕੀ ਜ਼ੁਬਾਨ ਬਦਲੇ। ਆਖੋ ਸਤਨਾਮ ਸ਼ਿਵਾਏ। ਇਹ ਧਰਤੀ 'ਤੇ ਸਭ ਕੁਝ ਬਦਲ ਸਕਦਾ ਹੈ, ਪਰ ਇੱਕ ਗੁਰਸਿੱਖ ਦੀ ਜ਼ੁਬਾਨ ਹੀ ਬਦਲਦੀ। ਦੀਪ ਸਿਆ, ਤੂੰ ਤਾਂ ਜ਼ੁਬਾਨ ਦਿੱਤੀ ਸੀ, ਮੈਂ ਸੀਸ ਗੁਰੂ ਦੇ ਦੁਆਰੇ ਭੇਟਾ ਕਰਾਂਗਾ, ਤੇਰਾ ਬਚਨ ਵਿੱਚੇ ਰਹਿ ਜਾਣਾ। ਇਤਿਹਾਸ ਚਾਹੁੰਦਾ ਜਦੋਂ ਇਹ ਬੋਲੀ ਸੁਣੀ, ਸੁਨ ਸਿੰਘ ਜੀ ਨਿਜ ਪ੍ਰਣ ਸੰਭਾਰਾ, ਦਾਹੀਨੇ ਹੱਥ ਤੇਗ ਖਰ ਧਾਰਾ। ਕਹਿੰਦੇ ਬਚਨ ਸੁਣਦਿਆਂ ਸੀਸ ਧੜ ਤੋਂ ਲੱਥਿਆ ਹੋਇਆ। ਧੰਨ ਬਾਬਾ ਦੀਪ ਸਿੰਘ ਜੀ ਨੇ ਕਹਿੰਦੇ ਸੱਜੇ ਹੱਥ ਦੇ ਵਿੱਚ 18 ਸੇਰ ਦਾ ਖੰਡਾ ਫੜਿਆ ਅਤੇ ਖੱਬੇ ਹੱਥ ਵਿੱਚ ਆਪਣਾ ਸੀਸ ਟਿਕਾਇਆ। ਆਖੋ ਸਤਨਾਮ। ਅਤੇ ਕਹਿੰਦੇ ਉਸ ਵੇਲੇ ਲੜਤ ਕੰਬਤ ਤੁਰਕ ਗਣ ਸੰਗੇ, ਔਰ ਸੁਦਾ ਸਿਰ ਚੱਲਿਓ ਨਿਸੰਗੇ, ਗਰਜਤ ਤਰਜਤ ਤਨ ਘਾਨ ਨਿਆਈ, ਤੁਰਕ ਚੱਲੇ ਭਗ ਡਰ ਅਗਵਾਈ। ਕਹਿੰਦੇ ਉਸ ਵੇਲੇ ਤੁਰਕਾਂ ਦੀ ਦਸ਼ਾ ਵੇਖਣ ਵਾਲੀ ਸੀ। ਬਾਬਾ ਦੀਪ ਸਿੰਘ ਜੀ ਸਿਰ ਧੜ ਤੋਂ ਲੱਥਿਆ ਹੋਇਆ, ਖੱਬੇ ਹੱਥ ਵਿੱਚ ਸੀਸ ਫੜਿਆ, ਸੱਜੇ ਹੱਥ ਦੇ ਵਿੱਚ 18 ਸੇਰ ਦਾ ਖੰਡਾ, ਦੁਸ਼ਮਣਾਂ ਦੇ ਆਹੂ ਲਾਣ ਲੱਗ ਪਏ। ਕਹਿੰਦੇ ਤੁਰਕ ਹੈਰਾਨ ਹੋ ਗਏ, ਭਾਜੜ ਮੱਚ ਗਈ, ਉਹ ਸਮਾਂ ਵੇਖਣ ਵਾਲਾ ਸੀ। ਕਹਿੰਦੇ ਭੱਜ ਪਏ ਤੁਰਕ ਜਿੱਧਰ ਦੀ ਰਾਹ ਲੱਭੇ, ਇਹ ਕੀ ਬਣਿਆ ਸਿੰਘਾਂ ਦੀਆਂ ਅਤੇ ਲੋਥਾਂ ਲੜਦੀਆਂ ਪਈਆਂ। ਆਖੋ ਸਤਨਾਮ। ਸਿੰਘਾਂ ਦੀਆਂ ਅਤੇ ਲੋਥਾਂ ਲੜਦੀਆਂ, ਇਹਨਾਂ ਨਾਲ ਕਿੱਥੇ ਟਾਕਰਾ ਕਰ ਸਕਦੇ ਹਾਂ। ਔਰ ਸਾਧ ਸੰਗਤ ਉਸ ਵੇਲੇ ਕਹਿੰਦੇ ਧੰਨ ਬਾਬਾ ਦੀਪ ਸਿੰਘ ਜੀ ਨੇ ਜੋ ਬਚਨ ਕੀਤਾ ਸੀ, ਉੱਥੋਂ ਲੜਾਈ ਕਰਦਿਆਂ ਹੋਇਆਂ ਹਰਿਮੰਦਰ ਪਹੁੰਚੇ। ਔਰ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਦੇ ਚਰਨਾਂ 'ਚ ਪਹੁੰਚ ਕੇ, ਹਰਿਮੰਦਰ ਪਹੁੰਚ ਕੇ ਕਹਿੰਦੇ ਆਪਣਾ ਸੀ ਜਦੋਂ ਭੇਟਾ ਕੀਤਾ, ਅਤੇ ਕਹਿੰਦੇ ਤਬ ਏਕ ਸਿੰਘ ਨੇ ਐਸ ਉਬਾਚਾ, ਧੰਨ ਦੀਪ ਸਿੰਘ ਪ੍ਰਣ ਕੀ ਉਹ ਸਾਚਾ। ਕਹਿੰਦੇ ਉਸ ਵੇਲੇ ਫਿਰ ਇੱਕ ਸਿੱਖ ਨੇ ਗੱਲ ਕਹੀ ਸੀ, ਤਬ ਏਕ ਸਿੰਘ ਨੇ ਐਸ ਉਬਾਚਾ, ਧੰਨ ਦੀਪ ਸਿੰਘ ਪ੍ਰਣ ਕੀ ਉਹ ਸਾਚਾ, ਸੀਸ ਨਿਜ ਸਥਲ ਪਰ ਧਰ ਕੇ ਫਤਿਹ ਗਜਾਈ, ਊਚ ਚਰ ਕੇ ਕਿ ਦੀਪ ਸਿਆਂ ਤੇਰਾ ਪ੍ਰਣ ਸੱਚਾ ਹੈ, ਤੂੰ ਜੋ ਕਸਮ ਕੀਤੀ ਸੀ। ਹਰਿਮੰਦਰ ਨੂੰ ਵੀ ਬੇਪਤੀ ਤੋਂ ਆਜ਼ਾਦ ਕਰਾਇਆ, ਔਰ ਆਪਣਾ ਸੀਸ ਵੀ ਜੋ ਪ੍ਰਣ ਕੀਤਾ ਸੀ ਹਰਿਮੰਦਰ ਦੀ ਧਰਤੀ 'ਤੇ ਪਹੁੰਚ ਕੇ ਉੱਥੇ ਭੇਟਾ ਕੀਤਾ। ਸਾਧ ਸੰਗਤ ਐਸੇ ਸੂਰਮੇ ਜਿਨ੍ਹਾਂ ਨੇ ਪੰਕਤੀਆਂ ਨੂੰ ਸਿਰਫ ਗਾਇਆ ਹੀ ਨਹੀਂ, ਸਿਰਫ ਪੰਕਤੀਆਂ ਨੂੰ ਸੁਣਿਆ ਹੀ ਨਹੀਂ, ਪੜ੍ਹਿਆ ਹੀ ਨਹੀਂ, ਉਹਨਾਂ 'ਤੇ ਅਮਲ ਕਰਕੇ ਦਿਖਾਇਆ। ਆਓ ਪੜ੍ਹੀਏ ਸਾਰੀ ਸੰਗਤ, ਕਿਰਪਾ ਕਰਿਓ ਰਲ ਕੇ। ਜੋ ਲੜੈ ਦੀਨ ਕਹੇ ਦਸੂਰਾ ਸੋ ਪਹਿਚਾਨੀਐ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ
ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਸਤਨਾਮ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ, ਡੋਲੜੈ ਦੀਨ ਕਹਿਤ ਸੂਰਾ ਸੋ ਪਹਿਚਾਣੀਐ, ਸੋ ਪਹਿਚਾਣੀਐ, ਜੋ ਲੜੇ ਦੀਨ ਕੇ ਹੇਤ ਸੂਰਾ ਸੋ ਪਹਿਚਾਣੀਐ। ਸਤਸੰਗ ਜੀ, ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਜੋ ਬਾਬਾ ਜੀ ਨੇ ਜਿੱਥੇ ਪੂਰਨ ਬ੍ਰਹਮ ਗਿਆਨੀ ਜਪ ਤਪ ਦੇ ਮਾਲਕ ਨਾਮ ਦੇ ਦਾਤੇ ਲੱਖਾਂ ਕਰੋੜਾਂ ਦੀਆਂ ਝੋਲੀਆਂ ਭਰਨ ਵਾਲੇ ਔਰ ਸਤਿਗੁਰੂ ਜੀ ਦੇ ਪ੍ਰੇਮ ਇਸ਼ਕ ਦੇ ਵਿੱਚ ਆ ਕੇ ਜੋ ਕੁਰਬਾਨੀ ਜੋ ਉਦੁੱਤੀ ਸ਼ਹਾਦਤ ਦਿੱਤੀ ਜਿਹਦੀ ਮਿਸਾਲ ਸਾਧ ਸੰਗਤ ਜੀ ਦੁਨੀਆ ਦੇ ਕਿਸੇ ਇਤਿਹਾਸ ਦੇ ਕਿਸੇ ਪੰਨੇ ਤੇ ਤੁਹਾਨੂੰ ਨਹੀਂ ਮਿਲੇਗੀ। ਆਖੋ ਸਤਨਾਮ। ਸਿੱਖਾਂ ਦੇ ਕੋਲ ਉਹ ਅਨਮੁੱਲਾ ਇਤਿਹਾਸ ਉਹ ਵਿਰਸਾ ਸਤਿਗੁਰੂ ਸਾਨੂੰ ਦੇ ਗਏ ਨੇ ਔਰ ਉਸ ਇਤਿਹਾਸ ਨੂੰ ਸਾਹਮਣੇ ਰੱਖ ਕੇ ਜੋ ਖਾਲਸਾ ਪੰਥ ਦਾ 300 ਸਾਲਾ ਸਾਜਨਾ ਦਿਵਸ ਵੀ ਆ ਰਿਹਾ, ਇਸ 99 ਦੀ ਵਿਸਾਖੀ ਨੂੰ ਔਰ ਉੱਥੇ ਧੰਨ ਬਾਬਾ ਦੀਪ ਸਿੰਘ ਜੀ ਦਾ ਪਾਵਨ ਆਗਮਨ ਦਿਹਾੜਾ ਅਤੇ ਸ਼ਹੀਦੀ ਦਿਹਾੜਾ ਵੀ ਆ ਰਿਹਾ ਔਰ ਸੰਗਤ ਜੀ ਇੱਕ ਗੱਲ ਯਾਦ ਰੱਖਿਓ, ਅੱਜ ਦੇ ਦੀਵਾਨ 'ਚ ਜਿੱਥੇ ਵੀ ਸਰਵਣ ਕਰ ਰਹੇ ਹੋ ਇਹ ਦੋਨੋਂ ਜੀਵਣੀਆਂ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਬੋਤਾ ਸਿੰਘ ਜੀ ਗਰਜਾ ਸਿੰਘ ਜੀ ਦੀਆਂ ਇਹ ਸਾਹਮਣੇ ਰੱਖ ਕੇ ਅਤੇ ਆਪਣੇ ਮਨ ਦੀ ਪੱਤਰੀ ਵਾਜਣੀ ਹੈ। ਆਖੋ ਸਤਨਾਮ। ਸਤਿਗੁਰੂ ਜੀ ਨੇ ਕਿੱਡਾ ਅਨਮੁੱਲਾ ਸਿੱਖੀ ਦਾ ਰਾਹ ਜੋ ਸਾਨੂੰ ਦਿੱਤਾ ਹੈ, ਅਰਦਾਸ ਕਰੀਏ ਸੱਚੇ ਪਾਤਸ਼ਾਹ ਇਹ ਸਿੱਖੀ ਸਿਦਕ ਦੀ ਦਾਤ ਸਾਡੀ ਝੋਲੀ 'ਚ ਵੀ ਪਾਓ, ਰਹਿਮਤ ਕਰੋ ਸੱਚੇ ਪਾਤਸ਼ਾਹ ਜੀ, ਖੀਰਲੇ ਸਵਾਸਾਂ ਤੱਕ ਆਪ ਜੀ ਦੇ ਚਰਨਾਂ ਨਾਲ ਨਿਭ ਜਾਵੇ ਬਣੇ ਆਵੇ, ਔਰ ਜਿਹੜੇ ਹਾਲੇ ਤੀਕਰ ਵੀ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਨਹੀਂ ਬਣੇ ਗੁਰਮੁਖੋ, ਇਹਨਾਂ ਸ਼ਹੀਦੀਆਂ ਇਹਨਾਂ ਇਤਿਹਾਸ ਦੇ ਵਰਕਿਆਂ ਨੂੰ ਪੜ੍ਹ ਕੇ ਵੇਖਿਓ ਕਿਤੇ ਧੰਨ ਬਾਬਾ ਦੀਪ ਸਿੰਘ ਜੀ ਨੇ ਹਰਿਮੰਦਰ ਦੀ ਬੇਪਤੀ ਨੂੰ ਰੋਕਣ ਵਾਸਤੇ ਆਪਣਾ ਸੀਸ ਗੁਰੂ ਦੇ ਅਰਪਣ ਕੀਤਾ, ਕਿੱਥੇ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਨੇ ਇੱਕ ਬੋਲੀ ਨੂੰ ਨਾ ਸੁਣਦੇ ਹੋਏ ਆਪ ਜਿਹੜੀ ਲੋਕ ਤੋਂ ਦੁਨੀਆ ਦੇ ਲੋਕੀ ਡਰਦੇ ਨੇ ਜਿਹੜੀ ਮੌਤ ਤੋਂ, ਸਿੰਘਾਂ ਨੇ ਆਪ ਮੁੱਲ ਲਿੱਤੀ। ਭਾਈ ਅਸੀਂ ਵੀ ਉਸੇ ਗੁਰੂ ਦੇ ਸਿੱਖ ਹਾਂ। ਆਖੋ ਸਤਨਾਮ। ਉਸੇ ਗੁਰੂ ਦੇ ਸਿੱਖ ਹਾਂ ਭਾਈ, ਪ੍ਰੇਰਨਾ ਲੈ ਕੇ ਅਰਦਾਸ ਕਰੀਏ ਇਹਨਾਂ ਗੁਰੂ ਦੇ ਪਿਆਰਿਆਂ ਦੇ ਦਰ 'ਤੇ, ਕਿਉਂਕਿ ਬਾਬਾ ਜੀ ਦਾ ਵੀ ਦਿਹਾੜਾ ਆ ਰਿਹਾ ਔਰ ਸਭ ਸੰਗਤਾਂ ਗੁਰਦੁਆਰਾ ਸ਼ਹੀਦਗੰਜ ਚਾਟੀ ਪਿੰਡ ਜਿੱਥੇ ਨਾਲ ਹੀ ਧੰਨ ਬਾਬਾ ਦੀਪ ਸਿੰਘ ਜੀ ਦਾ ਜਿੱਥੇ ਪਾਵਨ ਸਥਾਨ ਹੈ, ਉੱਥੇ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਦੀ ਵੀ ਅਸਥਾਨ ਹੈ।
ਜਿੱਥੋਂ ਲੱਖਾਂ ਕਰੋੜਾਂ ਲੋਕ ਝੋਲੀਆਂ ਭਰਦੇ ਨੇ ਆਪਣੀਆਂ ਅਤੇ ਅਰਦਾਸ ਕਰੋ ਹੇ ਸਤਿਗੁਰੂ ਹੇ ਗੁਰੂ ਦੇ ਪਿਆਰਿਓ ਸਾਡੀ ਝੋਲੀ ਦੇ ਵਿੱਚ ਵੀ ਇਹ ਦਾਤ ਪਾਓ ਅਖੀਰਲੇ ਸਵਾਸਾਂ ਤੱਕ ਨਿਭ ਜਾਵੇ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਰਹਿਮਤ ਕਰੋ ਸਾਧ ਸੰਗਤ ਆਓ ਸਾਰੀਆਂ ਸੰਗਤਾਂ ਪੜ੍ਹਿਓ ਅਖੀਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਜੈ ਜੈਕਾਰ ਬਾਬਾ ਬੋਤਾ ਸਿੰਘ ਜੀ ਗਰਜਾ ਸਿੰਘ ਜੀ ਦੀ ਜੈ ਜੈਕਾਰ ਲਗਾ ਕੇ ਫਿਰ ਸਮਾਪਤੀ ਕਰੀਏ ਕਰੋ ਕਿਰਪਾ ਸਾਰੇ ਜੀ ਬਾਬਾ ਦੀਪ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਦੀਪ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਦੀਪ ਸਿੰਘ ਜੀ ਤੇਰੀ ਜੈ ਹੋਵੇ ਤੇਰੀ ਜੈ ਹੋਵੇ ਬਾਬਾ ਦੀਪ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਦੀਪ ਸਿੰਘ ਜੀ ਤੇਰੀ ਜੈ ਹੋਵੇ ਸਭ ਦੇਵਤੇ ਫੁੱਲ ਵਰਸਾਉਂਦੇ ਬਾਬਾ ਦੀਪ ਸਿੰਘ ਜੀ ਤੇਰੀ ਜੈ ਹੋਵੇ 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 ਬਾਬਾ ਬੋਤਾ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਬੋਤਾ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਗਰਜਾ ਸਿੰਘ ਜੀ ਤੇਰੀ ਜੈ ਹੋਵੇ ਬਾਬਾ ਗਰਜਾ ਸਿੰਘ ਜੀ ਤੇਰੀ ਜੈ ਹੋਵੇ 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 ਦੀਨ ਕਹੇ ਤਸੂਰਾ ਸੋ ਪਹਿਚਾਨੀ